ਦਿੱਲੀ ਦੇ ਏਮਸ ਹਸਪਤਾਲ ਦੇ ਬਾਹਰ ਜਪ ਤਪ ਸੇਵਾ ਟਰੱਸਟ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਹਰ ਸ਼ੁੱਕਰਵਾਰ ਲੰਗਰ ਲਗਾਇਆ ਜਾਂਦਾ ਹੈ। ਇਸ ਲੜੀ ਤਹਿਤ ਇਸ ਸ਼ੁੱਕਰਵਾਰ ਵੀ ਲੰਗਰ ਲਗਾਏ ਗਏ, ਜਿਸ ਦੌਰਾਨ ਦਿੱਲੀ ਕਮੇਟੀ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀਕੇ ਨੇ ਵੀ ਲੰਗਰ ਵਿੱਚ ਸੇਵਾ ਕੀਤੀ। ਮਨਜੀਤ ਸਿੰਘ ਜੀਕੇ ਨੇ ਇਸ ਮੌਕੇ ਕਿਹਾ ਕਿ ਹਸਪਤਾਲ ਵਿੱਚ ਇਲਾਜ ਲਈ ਆਏ ਲੋਕਾਂ ਲਈ ਲੰਗਰ ਦਾ ਉਪਰਾਲਾ ਕੀਤਾ ਜਾ ਰਿਹਾ। ਆਲ ਇੰਡੀਆ ਮੈਡੀਕਲ, ਜਿਹਨੂੰ ਏਮਸ ਕਿਹਾ ਜਾਂਦਾ ਹੈ, ਦਿੱਲੀ ਦੇ ਵਿੱਚ ਇੱਕ ਐਸਾ ਹੋਸਪਿਟਲ ਹੈ ਜਿਹੜਾ ਹਿੰਦੁਸਤਾਨ 'ਚ ਆਪਣੇ ਆਪ 'ਚ ਹੀ ਹਰ ਬਿਮਾਰੀ ਦਾ ਇਲਾਜ ਔਰ ਸਰਕਾਰ ਦਾ ਸਭ ਤੋਂ ਵੱਡਾ ਅਦਾਰਾ ਹੈ ਹਿੰਦੁਸਤਾਨ ਦਾ। ਸਿੱਖ ਸੰਗਤਾਂ ਸੱਤੋ ਦਿਨ ਇੱਥੇ ਲੰਗਰ ਦੀ ਸੇਵਾ ਕਰਦੀਆਂ ਨੇ। 2,500 ਬੰਦਾ, ਕਿਉਂਕਿ ਇੱਥੇ ਜਿਹੜੇ ਪੇਸ਼ੈਂਟ ਆਏ ਹੋਏ ਨੇ, ਉਹਨਾਂ ਦੇ ਰਿਸ਼ਤੇਦਾਰ ਜਿਹੜੇ ਇੱਥੇ ਆਏ ਨੇ, ਇਹਨਾਂ ਨੂੰ ਕਿਸ ਤਰੀਕੇ ਨਾਲ ਇੱਥੇ ਬਾਹਰ ਵੀ ਰਾਤਾਂ ਕੱਟਣੀਆਂ ਪੈਂਦੀਆਂ, ਕੋਈ ਇਹਨਾਂ ਨੂੰ ਪਾਣੀ ਪੁੱਛਣ ਵਾਲਾ ਨਹੀਂ, ਕੋਈ ਪ੍ਰਸ਼ਾਦਾ ਪੁੱਛਣ ਵਾਲਾ ਨਹੀਂ। ਇਹ ਗੁਰੂ ਨਾਨਕ ਪਾਤਸ਼ਾਹ ਦਾ 20 ਰੁਪਏ ਦਾ ਲੰਗਰ ਹਰ ਜਗ੍ਹਾ ਵਰਤਦਾ। ਔਰ ਅੱਜ ਤਮੂਲ ਨਗਰ, ਨਿਊ ਫਰੈਂਡਸ ਕਾਲਨੀ ਔਰ ਆਲੇ ਦੁਆਲੇ ਦੀ ਸਾਰੀ ਸੰਗਤ ਨੇ ਰਲ ਕੇ ਇੱਥੇ ਇਹ ਲੰਗਰ ਲਗਾਇਆ। ਅੱਜ ਦਾ ਜਿਹੜਾ ਸ਼ੁੱਕਰਵਾਰ ਦਾ ਦਿਨ ਇਹਨਾਂ ਦਾ ਨਿਸ਼ਚਿਤ ਹੈ, ਸੋਮਵਾਰ ਕੋਈ ਹੋਰ ਆਉਂਦਾ, ਮੰਗਲਵਾਰ ਕੋਈ ਹੋਰ ਆਉਂਦਾ, ਬੁੱਧਵਾਰ ਕੋਈ ਹੋਰ ਆਉਂਦਾ, ਸਭ ਸਿੰਘ ਸਭਾਵਾਂ ਨੇ ਆਪੋ ਹੀ ਦਿਨ ਵੰਡੇ ਨੇ। ਮੈਂ ਸਮਝਦਾ ਕਿ ਇਹ ਸੇਵਾ ਡਾਇਰੈਕਟ ਗਰੀਬ ਗੁਰਬੇ ਤੱਕ, ਲੋੜਵੰਦਾਂ ਤੱਕ ਪਹੁੰਚਦੀ ਹੈ। ਗੁਰੂ ਮਹਾਰਾਜ ਦੀ ਖੁਸ਼ੀਆਂ ਪ੍ਰਾਪਤ ਕਰ ਰਹੇ ਨੇ, ਆਪਣਾ ਦਸਵੰਧ ਸਫਲਾ ਕਰ ਰਹੇ ਨੇ। ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਜਿਹੜਾ ਵੀ ਸਹਿਯੋਗ ਇਹ ਮੰਗਦੇ ਨੇ ਉਹ ਦਿੱਤਾ ਜਾਂਦਾ। ਜੇ ਪ੍ਰਸ਼ਾਦੇ ਚਾਹੀਦੇ ਹੋਣ ਜਾਂ ਕੋਈ ਹੋਰ ਚੀਜ਼ ਚਾਹੀਦੀ ਹੋਵੇ, ਇਹ ਹਮੇਸ਼ਾ ਇਹਨਾਂ ਨੂੰ ਸਹਿਯੋਗ ਦਿੱਤਾ ਜਾਂਦਾ। ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਦੇ ਸਦਕਾ ਸਾਡੇ ਸਿੱਖਾਂ ਦੇ ਸ਼ੁਰੂ ਤੋਂ ਸਾਰਿਆਂ ਦੇ ਇਹ ਜਜ਼ਬਾ ਰਹਿੰਦਾ ਹੈ ਕਿ ਕੋਈ ਵੀ ਪ੍ਰਾਣੀ, ਕੋਈ ਵੀ ਦੁਨੀਆ ਵਿੱਚ ਆਇਆ ਹੋਇਆ ਪ੍ਰਾਣੀ, ਕੋਈ ਵੀ ਭੁੱਖਾ ਨਾ ਰਸੋਵੇ। ਇਸ ਨੂੰ ਦੇਖਦੇ ਹੋਏ ਤਕਰੀਬਨ ਪਿੱਛੇ 6 ਸਾਲਾਂ ਤੋਂ ਜਪ ਜਾਪ ਸੇਵਾ ਟਰੱਸਟ ਤੈਮੂ ਨਗਰ ਗੁਰਦੁਆਰਾ ਇਹ ਉਪਰਾਲਾ ਕਰਦਾ ਆ ਰਿਹਾ ਕਿ ਇਸ ਦੇ ਵਿੱਚ ਲੰਗਰ ਦਾ ਪੂਰਾ ਸਹਿਯੋਗ ਕੀਤਾ ਜਾਵੇ। ਅਤੇ ਇਸ ਗੁਰਦੁਆਰੇ ਤੋਂ ਵੱਲੋਂ ਹਰ ਸ਼ੁੱਕਰਵਾਰ ਨੂੰ ਗੁਰਦੁਆਰਾ ਸਾਹਿਬ ਵਿਖੇ ਇੱਥੇ ਆਲ ਇੰਡੀਆ ਮੈਡੀਕਲ ਵਿਖੇ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ, ਜਿਸ ਦੇ ਵਿੱਚ 2 ਤੋਂ 2,500 ਬੰਦਾ ਇਹਦੇ 'ਚ ਆ ਕੇ ਲੰਗਰ ਛਕਦਾ ਹੈ। ਜਿਹਦੇ ਸਾਡੇ ਦਿੱਲੀ ਸਥਿਤ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ, ਹੁਣ ਪ੍ਰਧਾਨ ਸਾਹਿਬ ਆ ਕੇ ਗਏ ਨੇ, ਪ੍ਰਧਾਨ ਸਾਹਿਬ ਦਾ ਬਹੁਤ ਸਹਿਯੋਗ ਰਹਿੰਦਾ ਹੈ।